ਇੰਡੀਆ ਨਿਊਜ਼ ਗੱਲ ਕਰਾਂਗੇ ਹੁਣ ਸਿਟੀ ਬਿਊਟੀਫੁਲ ਚੰਡੀਗੜ੍ਹ ਦੀ। ਦੱਸੀ ਕਿ ਸਿਟੀ ਬਿਊਟੀਫੁਲ ਚੰਡੀਗੜ੍ਹ ਦੀਆਂ ਸੜਕਾਂ ਨੂੰ ਲੈ ਕੇ ਫਿਲਹਾਲ ਵੱਡੀ ਖਬਰ ਹੈ। ਸਿਟੀ ਬਿਊਟੀਫੁਲ ਚੰਡੀਗੜ੍ਹ ਦੀ ਬਿਊਟੀ ਤੇ ਉਖੜੀ ਹੋਈ ਸੜਕਾਂ ਤੇ ਦਾਗ ਲਾ ਰਹੇ ਤੇ ਸੜਕਾਂ ਤੇ ਪਏ ਗੱਡੇ ਮੁਰੰਮਤ ਦੀਆਂ ਮੁਹਤਾਜ ਨਜ਼ਰ ਆ ਰਹੀਆਂ ਨੇ ਤੇ ਫਿਲਹਾਲ ਗੱਲਬਾਤ ਕੀਤੀ ਹੈ ਸਾਡੇ ਪੱਤਰਕਾਰ ਨੇ ਇਸ ਤੇ, ਵੇਖਦੇ ਹਾਂ। ਸਿਟੀ ਬਿਊਟੀਫੁਲ ਚੰਡੀਗੜ੍ਹ, ਜੀ ਹਾਂ, ਸਿਟੀ ਬਿਊਟੀਫੁਲ ਚੰਡੀਗੜ੍ਹ ਦੀ ਸਮੱਸਿਆ ਦੀ ਅੱਜ ਗੱਲ ਕਰਾਂਗੇ। ਉਹ ਸਮੱਸਿਆ ਹੈਗੀ ਹੈ ਕਿ ਸਿਟੀ ਬਿਊਟੀਫੁਲ ਦੀ ਬਿਊਟੀ ਦੇ ਵਿੱਚ ਕੁਛ ਧੱਬੇ ਪੈ ਗਏ ਨੇ। ਉਹ ਧੱਬੇ ਹੈਗੇ ਨੇ ਆਹ ਸੜਕਾਂ 'ਤੇ ਪਏ ਹੋਏ ਗੱਡਿਆਂ ਦੇ। ਜੀ ਹਾਂ, ਇਸ ਵੇਲੇ ਤੁਹਾਨੂੰ ਦਿਖਾ ਰਹੇ ਹਾਂ ਅਸੀਂ ਚੰਡੀਗੜ੍ਹ ਦੇ ਲੋਕਾਂ ਦੀ ਸਮੱਸਿਆ, ਚੰਡੀਗੜ੍ਹ ਬਿਊਟੀਫੁਲ ਸਿਟੀ ਦੇ ਸੜਕਾਂ 'ਤੇ ਵਾਹਨ ਦੌੜਾਉਣ ਵਾਲੇ ਲੋਕਾਂ ਦੀ ਸਮੱਸਿਆ। ਆਹ ਗੱਡੇ ਆਹ ਦੇਖ ਸਕਦੇ ਹੋ, ਆ ਜਿਹੜੇ ਗੱਡੇ ਹੈਗੇ ਆ, ਅਸੀਂ ਤੁਹਾਨੂੰ ਦੱਸਦੇ ਹਾਂ ਕਿ ਇਹ ਸਿਰਫ ਇੱਕ ਦੋ ਜਗ੍ਹਾ 'ਤੇ ਨਹੀਂ, ਵੱਖ ਵੱਖ ਜਗ੍ਹਾ 'ਤੇ ਪੈ ਗਿਆ, ਜਿਸ ਦਾ ਕਾਰਨ ਹੈਗਾ ਹੈ ਜਿਹੜਾ ਪੈਚ ਵਰਕ ਹੈਗਾ ਹੈ ਜਾਂ ਰੀਕਾਰਪਟਿੰਗ, ਜਿਹਨੂੰ ਅਸੀਂ ਦੁਬਾਰਾ ਕੰਕਰੀਟ ਵਿਛਾਉਣਾ ਕਹਿ ਦਿੰਦੇ ਹਾਂ ਆਮ ਭਾਸ਼ਾ 'ਚ, ਉਹ ਸਹੀ ਸਮੇਂ 'ਚ ਨਹੀਂ ਹੋ ਪਾ ਰਹੀ ਹੈ। ਆ ਗੱਲ ਕੀਤੀ ਜਾਵੇ ਜਿਹੜੇ ਇੱਥੇ ਦੇ ਲੋਕ ਨੇ, ਮੋਟਰ ਵਹੀਕਲ ਚਲਾਉਂਦੇ ਨੇ, ਗੱਡੀਆਂ ਚਲਾਉਂਦੇ ਨੇ, ਉਹ ਆਮ ਤੌਰ 'ਤੇ ਇਸ ਸਮੱਸਿਆ ਦਾ ਜਿਹੜਾ ਹੈਗਾ ਉਹ ਲੇਖ ਕਰਦੇ ਨੇ, ਬੋਲਦੇ ਨੇ, ਲੇਕਿਨ ਹੁਣ ਵੇਖਣਾ ਹੋਵੇਗਾ ਕਿ ਕਦੋਂ ਇਹ ਸਮੱਸਿਆ ਜਿਹੜੀ ਦੂਰ ਹੋਏਗੀ। ਇਸ ਵੇਲੇ ਜਿਹੜੀ ਹੈ ਅਸੀਂ ਤੁਹਾਨੂੰ ਵੱਖ ਵੱਖ ਜਗ੍ਹਾ 'ਤੇ ਲੈ ਕੇ ਜਾਵਾਂਗੇ ਚੰਡੀਗੜ੍ਹ ਦੇ, ਜਿੱਥੇ ਗੱਡੇ ਪਏ ਹੋਏ ਨੇ ਜਾਂ ਸੜਕਾਂ ਦਾ ਬੁਰਾ ਹਾਲ ਹੈ। ਇਸ ਵੇਲੇ ਅਸੀਂ ਸੈਂਟਰਾ ਮੋਲ ਔਰ ਇਲਾਂਟੇ ਮੋਲ ਦੇ ਨਜ਼ਦੀਕ, ਉਹ ਥੋੜ੍ਹੀ ਦੂਰ ਇੱਥੋਂ ਟ੍ਰਿਬਿਊਨ ਚੌਂਕ ਹੈਗਾ ਜਿਹੜਾ ਮਸ਼ਹੂਰ ਚੌਂਕ ਹੈ, ਉਸੇ ਨਜ਼ਦੀਕ ਦੀ ਤੁਹਾਨੂੰ ਦਿਖਾ ਰਹੇ ਹਾਂ। ਦੇਖ ਸਕਦੇ ਹੋ ਇਸ ਵੇਲੇ ਸੈਂਟਰਾ ਮੋਲ ਬਿਲਕੁਲ ਨਾਲ ਹੈ ਅਤੇ ਸੈਂਟਰਾ ਮੋਲ ਦੇ ਬਿਲਕੁਲ ਨਾਲ ਹੀ ਤੁਹਾਨੂੰ ਘੱਟੋ ਘੱਟ 2 ਤੋਂ 3 ਗੱਡੇ ਤਾਂ ਇੱਥੇ ਹੀ ਨਜ਼ਰ ਆ ਜਾਣਗੇ। ਬਹੁਤ ਜ਼ਿਆਦਾ ਇੱਥੇ ਰਸ਼ ਰਹਿੰਦਾ ਹੈ, ਪਬਲਿਕ ਇੱਥੇ ਆਉਂਦੀ ਹੈ, ਕੋਈ ਘੁੰਮਣ ਫਿਰਨ ਆਉਂਦੇ ਆ, ਇੰਡਸਟਰੀਅਲ ਏਰੀਆ ਹੈਗਾ ਹੈ। ਇੱਥੇ ਦਾ ਤੁਸੀਂ ਹਾਲਾਤ ਦੇਖ ਸਕਦੇ ਹੋ ਕਿਸ ਤਰ੍ਹਾਂ ਗੱਡੇ ਜਿਹੜੇ ਹੈਗੇ ਆ ਉਹ ਪਏ ਹੋਏ ਆ। ਔਰ ਇਹ ਸਿਰਫ ਇੱਥੇ ਦੇ ਹਾਲ ਨਹੀਂ ਹੈ, ਜਿਵੇਂ ਅਸੀਂ ਤੁਹਾਨੂੰ ਦੱਸ ਰਹੇ ਹਾਂ ਹੋਰ ਵੀ ਕਈ ਜਗ੍ਹਾ ਦੇ ਆ, ਅਤੇ ਆਓ ਤੁਹਾਨੂੰ ਅੱਗੇ ਵੀ ਲੈ ਕੇ ਜਾਵਾਂਗੇ ਵੱਖ ਵੱਖ ਜਗ੍ਹਾ 'ਤੇ ਚੰਡੀਗੜ੍ਹ ਤੋਂ ਸ਼ੋਰਟਸ ਦਿਖਾਵਾਂਗੇ ਕਿ ਕਿੱਥੇ ਕਿੱਥੇ ਗੱਡੇ ਨੇ ਔਰ ਕਿੱਥੇ ਕਿੱਥੇ ਸੜਕਾਂ ਜਿਹੜੀਆਂ ਉਹ ਮੁਰੰਮਤ ਮੰਗ ਰਹੀਆਂ ਨੇ ਇਸ ਵੇਲੇ। ਆਓ ਅਤੇ ਹੁਣ ਸਿਟੀ ਬਿਊਟੀਫੁੱਲ ਹੈ ਚੰਡੀਗੜ੍ਹ ਦੇ ਸੜਕਾਂ 'ਤੇ ਜਿਹੜੇ ਵਾਹਨ ਦੌੜਾਉਂਦੇ ਨੇ ਆਪਣੇ, ਉਹਨਾਂ ਨਾਲ ਗੱਲ ਕਰਦੇ ਹਾਂ ਕਿ ਜਿਹੜੇ ਖੱਡੇ ਹੈਗੇ ਨੇ ਜਾਂ ਫਿਰ ਰੋਡ ਦੀ ਮੁਰੰਮਤ ਮੰਗ ਰਹੀ ਹੈ ਜਗ੍ਹਾ ਜਗ੍ਹਾ 'ਤੇ, ਉਸਦਾ ਕੀ ਅਸਰ ਪੈ ਰਿਹਾ ਹੈਗਾ ਹੈ ਵਾਹਨ ਚਲਾਉਣ 'ਚ? ਸਰ ਆਪਣਾ ਨਾਮ? ਸਰ ਮੇਰਾ ਨਾਮ ਧਰਮਵੀਰ ਚੌਧਰੀ ਹੈ ਜੀ। ਮੈਂ ਆਪ ਸੇ ਹੀ ਕਹਿਣਾ ਚਾਹੂੰਗਾ, ਮੈਂ ਰੋਡ ਟੈਕਸ ਪੇ ਕਰਤਾ ਹੂੰ, ਠੀਕ ਹੈ, ਟੈਕਸ ਪੇ ਕਰਤਾ ਹੂੰ, ਇਨਕਮ ਟੈਕਸ ਪੇਅਰ ਹੂੰ ਮੈਂ। ਔਰ ਸਰਕਾਰ ਨੇ ਵੀ ਇਤਨੇ ਮਹਿੰਗੇ ਮਹਿੰਗੇ ਚਲਾਨ ਜੋ ਲਗਾਏ ਹੈ ਆਮ ਆਦਮੀ ਕੇ ਉੱਪਰ, ਇਤਨਾ ਬੋਝ ਡਾਲਾ ਹੈ, ਹਮ ਆਮ ਆਦਮੀ ਕੀ ਮਜਬੂਰੀ ਹੈ ਕਿ ਸਰਕਾਰ ਕੀ ਹਰ ਬਾਤ ਕੇ ਲਈ ਹਮ ਐਗਰੀ ਹੋ ਜਾਤੇ ਹੈਂ। ਪਰ ਸਰਕਾਰ ਕੋ ਦੇਖੋ, ਇਤਨੇ ਬਿਆਨਕ ਬਿਆਨਕ ਰੋਡ ਪੇ ਖੱਡੇ ਹੈ ਜਹਾਂ ਪੇ ਆਮ ਆਦਮੀ ਕੋ ਚਲਣਾ ਮੁਸ਼ਕਿਲ ਹੈ, ਗਾੜੀ ਚਲਾਉਣਾ ਤਾਂ ਬਹੁਤ ਦੂਰ ਕੀ ਬਾਤ ਹੈ। ਔਰ ਇਹ ਬਹੁਤ ਬੜਾ ਮੇਜਰ ਕਾਰਨ ਹੈ ਐਕਸੀਡੈਂਟ ਹੋਣੇ ਕਾ, ਜਿਸ ਕੀ ਵਜ੍ਹਾ ਸੇ ਬੜੇ ਬੜੇ ਹਾਦਸੇ ਹੋ ਰਹੇ ਹੈ। ਗੱਲ ਕੀਤੀ ਜਾਵੇ ਸਿਟੀ ਬਿਊਟੀਫੁਲ ਚੰਡੀਗੜ੍ਹ ਆਪਣੀ ਖੂਬਸੂਰਤੀ ਲਈ ਜਾਣਿਆ ਜਾਂਦਾ ਹੈ, ਵਧੀਆ ਪ੍ਰਬੰਧਾਂ ਲਈ ਜਾਣਿਆ ਜਾਂਦਾ ਹੈ, ਲੇਕਿਨ ਆ ਜਿਹੜੇ ਗੱਡੇ ਪਏ ਨੇ ਜਾਂ ਫਿਰ ਕਾਰਪਟਿੰਗ ਮੰਗ ਰਹੀ ਹੈ, ਕੰਕਰੀਟ ਮੰਗ ਰਹੀ ਹੈ ਸੜਕਾਂ, ਇਹਨਾਂ ਨਾਲ ਮਤਲਬ ਵਾਹਨ ਚਲਾਉਣ 'ਚ ਕਿੰਨੀ ਕੁ ਔਖਾ ਹੋ ਰਹੀ ਹੈ ਅੱਗੇ ਨਾਲੋਂ? ਸਰ ਮੈਂ ਆਪਕੋ ਪਹਿਲੇ ਹੀ ਬੋਲਿਆ ਕਿ ਯਹਾਂ ਪੇ ਇਸ ਟਾਈਮ ਗਾੜੀ ਚਲਾਉਣਾ ਤਾਂ ਬਹੁਤ ਹੀ ਮੁਸ਼ਕਿਲ ਹੈ, ਕਿਉਂਕਿ ਹਮ ਖੱਡੇ ਕੀ ਵਜ੍ਹਾ ਸੇ ਗਾੜੀ ਗਲਤ ਰੋਂਗ ਵੇ ਮੇਂ ਲੈ ਜਾਤੀ, ਜਿਸ ਕੀ ਵਜ੍ਹਾ ਸੇ ਬੜੇ ਬੜੇ ਹਾਦਸੇ ਹੋ ਜਾਤੇ ਹੈਂ। ਔਰ ਇਸ ਕੇ ਲਈ ਸਰਕਾਰ ਪ੍ਰਸ਼ਾਸਨ ਜ਼ਿੰਮੇਦਾਰ ਹੈ, ਚੰਡੀਗੜ੍ਹ ਪ੍ਰਸ਼ਾਸਨ ਕੀ ਪੂਰੀ ਜ਼ਿੰਮੇਦਾਰੀ ਬਣਤੀ ਹੈ ਕਿ ਜੋ ਇੱਕ ਰੋਡ ਮੇਂ ਖੱਡੇ ਹੈ ਇਸਕੋ ਰਿਪੇਅਰ ਕੀਆ ਜਾਏ ਔਰ ਇਸਕੋ ਮੇਨਟੇਨ ਕੀਆ ਜਾਏ, ਕਿਉਂਕਿ ਹਮ ਲੋਕ ਆਪਣਾ ਟੈਕਸ ਪੇ ਕਰਤੇ ਹੈ, ਇਸ ਲਈ ਪੇ ਕਰਤੇ ਹੈ। ਸਰ ਅਸੀਂ ਇਸ ਵੇਲੇ ਤਾਂ ਖੜ੍ਹੇ ਹਾਂ ਚੰਡੀਗੜ੍ਹ ਦੇ ਸੈਂਟਰਾ ਮੋਲ ਕੋਲ, ਇੰਡਸਟਰੀ ਏਰੀਆ ਫੇਸ 1 'ਚ, ਲੇਕਿਨ ਇਹ ਇੱਦਾਂ ਦੀ ਜਿਹੜੀ ਹਾਲਤ ਚੰਡੀਗੜ੍ਹ 'ਤੇ ਕਿੰਨੀ ਕੁ ਜਗ੍ਹਾ 'ਤੇ ਦੇਖਣ ਨੂੰ ਮਿਲਦੀ ਹੈ? ਸਰ ਮੈਕਸੀਮਮ ਜਬ ਸੇ ਬੀਜੇਪੀ ਸਰਕਾਰ ਯਹਾਂ ਪੇ ਇਸ ਟਾਈਮ ਕਿਰਨ ਖੇਰ ਜੀ ਆਏ ਹੈ ਜੋ ਆਊਟਸਾਈਡਰ ਹੈ, ਜਬਕਿ ਮੈਂ ਖੁਦ ਬੀਜੇਪੀ ਕਾ ਸਮਰਥਕ ਹੂੰ, ਪਰ ਮੈਂ ਸੱਚ ਬਤਾ ਰਹਾ ਹੂੰ, ਮੁਝੇ ਇਤਨਾ ਪਛਤਾਵਾ ਹੋ ਰਿਹਾ ਹੈ ਕਿ ਮੈਂ ਆਪਣੀ ਵੋਟ ਗਲਤ ਜਗ੍ਹਾ ਦੀ ਹੈ, ਚੰਡੀਗੜ੍ਹ ਦਾ ਬੇੜਾ ਗਰਕ ਕਰ ਦਿਆ। ਮੈਂ ਪ੍ਰਸ਼ਾਸਨ ਨੂੰ ਕਹਿਣਾ ਚਾਹੁੰਦੇ ਹੋ ਕਿ ਇਹ ਸੜਕ ਦੀ ਜਿਹੜੀ ਹਾਲਾਤ ਸੁਧਾਰੀ? ਬਹੁਤ ਸੁਧਾਰੀ ਜਾ ਜੀ, ਹਾਲਾਤ ਬਹੁਤ ਬੁਰੀ ਹਾਲਾਤ ਹੈ ਜੀ। ਆਪ ਦੇਖੋ ਨਾ ਟ੍ਰੈਫਿਕ ਵੀ ਕੰਟਰੋਲ ਹੈ, ਨਾ ਰੋਡ ਵੀ ਕੰਟਰੋਲ ਹੈ, ਖੱਡੇ ਇਤਨੇ ਭੈਂਕਰ ਭੈਂਕਰ ਖੱਡੇ ਹੈ, ਐਕਸੀਡੈਂਟ ਕੀ ਮੇਨ ਵਜ੍ਹਾ ਜੋ ਹੈ ਹੈ ਉਹ ਇਹ ਖੱਡੇ ਹੈ, ਇਹ ਲਾਈਟਿੰਗ ਹੈ। ਅਗਰ ਸਰਕਾਰ ਪ੍ਰਸ਼ਾਸਨ ਇਸਕੋ ਮੇਨਟੇਨ ਕਰੇ ਤੋ ਇਨ ਚੀਜ਼ੋ ਸੇ ਹਮ ਆਪਣੇ ਆਪ ਕੋ ਮਤਲਬ ਦੂਰ ਕਰ ਸਕਤੇ ਹੈ। ਅਤੇ ਅਗਰ ਗੱਲ ਕੀਤੀ ਜਾਵੇ ਸਿਰਫ ਗੱਡੀਆਂ ਚਲਾਉਣ ਵਾਲਿਆਂ ਨੂੰ ਨਹੀਂ, ਬਾਈਕ ਚਲਾਉਣ ਵਾਲਿਆਂ ਨੂੰ ਨਹੀਂ, ਬੱਚਿਆਂ ਨੂੰ ਵੀ ਕਿਤੇ ਨਾ ਕਿਤੇ ਮੁਸ਼ਕਲਾਂ ਆਉਂਦੀ ਹੈ, ਟਿਊਸ਼ਨ ਪੜ੍ਹਨ ਜਾਂਦੇ ਨੇ, ਸਕੂਲਸ ਜਾਂਦੇ ਨੇ ਬਾਈਸਾਈਕਲਸ 'ਤੇ, ਇਹਨਾਂ ਨਾਲ ਵੀ ਇੱਥੇ ਅਸੀਂ ਗੱਲਬਾਤ ਕਰਦੇ ਹਾਂ, ਕਿਉਂਕਿ ਬਾਈਸਾਈਕਲਸ ਨੂੰ ਪ੍ਰਮੋਟ ਕੀਤਾ ਜਾਂਦਾ ਹੈ ਵਧੀਆ ਇਨਵਾਇਰਮੈਂਟ ਨੂੰ ਠੀਕ ਰੱਖਣ ਲਈ, ਲੇਕਿਨ ਮੁਸ਼ਕਲਾਂ ਇਹ ਖੱਡਿਆਂ ਦੀ ਇਹਨਾਂ ਨੂੰ ਵੀ ਆ ਰਹੀ ਹੈ। ਆਪਣਾ ਨਾਮ ਜੀ? ਕੁਲਦੀਪ ਕੁਮਾਰ। ਇੱਥੇ ਸਟੂਡੈਂਟ ਹੋ ਚੰਡੀਗੜ੍ਹ 'ਚ? ਯੈਸ। ਠੀਕ ਹੈ, ਹੁਣ ਮਤਲਬ ਟਿਊਸ਼ਨਸ ਤੋਂ ਆ ਰਹੇ ਹੋ? ਹਾਂ। ਆਹ ਜਿਹੜੇ ਖੱਡੇ ਹੈ ਇਹਨਾਂ ਜਾਂ ਰੋਡ ਖਰਾਬ ਹੈ ਜਿਹੜੀ ਜਗ੍ਹਾ 'ਤੇ, ਇਸਦਾ ਮਤਲਬ ਗਲਤ ਇਫੈਕਟ ਪੈ ਰਿਹਾ ਡਰਾਈਵਿੰਗ, ਮਤਲਬ ਸਾਈਕਲ ਚਲਾਉਂਦੇ ਹੋਏ ਕੋਈ ਮੁਸ਼ਕਲਾਂ ਆਉਂਦੀ ਹੈ? ਬਹੁਤ ਮੁਸ਼ਕਲ ਆਤੀ ਹੈ, ਹਾਂ, ਸਾਈਕਲ ਚਲਾਓ ਤੋ ਬੈਲੈਂਸ ਵਿਗੜ ਜਾਤਾ, ਔਰ ਫਿਰ ਇੱਕ ਨਾਮ ਹੈ ਯਹਾਂ ਸੇ ਬਹੁਤ ਦੂਰ ਜਾਣਾ ਪੜਤਾ, ਔਰ ਸਾਰੇ ਜਗ੍ਹਾ ਗੱਡੇ ਹੀ ਗੱਡੇ ਹੈ।
बच्चे छोटे छोटे दस रहे हैं जो स्कूलों पढ़ रहे हैं, असी तो की कहीए कि जी समस्या हैगी है, ना सिर्फ बड़िया छोटिया भी परेशान कर रही है। छोटे छोटे बच्चे देख रहे हो स्कूल तो आते हैं, ट्यूशन तो आते हैं, एक तो इन्होंने वैसे ही जो किताबों का बोझ बहुत हों, उपरों चंडीगढ़ की सिटी ब्यूटीफुल दी है, रोड्स से जो खड्डे पे हुए हैं आ तुम देख सकते हो, जगह जगह कापटिंग की भी जरूरत है, जगह जगह रोड जी हैगी है वो रीकापटिंग जिन्हों कंक्रीट द्वारा पाना कहें वो मंग रही है, जगह जगह खड्डे पे हुए हैं, जगह जगह अभी तो लैके जावे दिखावे, हाले तुम्हें इंडस्ट्री एरिया फेस वन के खड्डे दिखा रहे हैं, होर भी जगह जगह जावे चंडीगढ़ के और हर तस्वीर दिखावे, प्रशासन तो सवाल करांगे कि ये खड्डे कदों भूरे जाएंगे तो कदों जोड़े है इन्होंने कारण जो हो रहे एक्सीडेंट है या डर बनया रहा एक्सीडेंट का वो कदों खत्म होगा। आओ चलिए तो जिमें असी सिटी ब्यूटीफुल चंडीगढ़ के सड़कों का खराब हालत तुम दिखा रहे हैं कितने कितने गड्ढे पे ने, असी पहले तो इंडस्ट्री एरिया फेस वन जो सेंटर मॉल के बिल्कुल नज़दीक है उत्थे सड़क के हालात दिखाए, तो हूँ सैक्टर 34 जी हाँ जिते तमाम इंस्टीट्यूट ने और 34 सैक्टर भी एक जो है सेंटर मनिया जाता है चंडीगढ़ का एजुकेशन के हिसाब से, तो उत्थे तुसीं देख सकते हो इत्थे दी सड़क के भी हालात की ने, 34 सैक्टर के बिल्कुल चौंक के नाल दे चौंक के असीं तस्वीरां दिखा रहे हैं, बुरी तरह खड्डे पे हुए हैं, जगह जगह सड़क की जी कंक्रीट वो उखड़ी पई है, देख सकते हो जो वाहन आ रहे हैं उन्होंने किन्नी औखण हो रही है, तो यहोजे जब जंप लगते हैं तो जोड़े बच्चे होंगे ने या बुढ़े होंगे ने गड्डियों बैठे हुए बाइकों बैठे हुए उन्होंने कितना कि औखण सामना करना पैंदा, और इस तो इलावा जोड़े ड्राइव करते हैं उन्होंने हमेशा दुर्घटना का स्पैशली टू व्हीलरस लिए दुर्घटना का जोड़ा है वो भय बनया रहा है, तो इसी तरह हूँ पहले तो इंडस्ट्री एरिया फेस वन तस्वीर दिखाई सड़कों दी हूँ सैक्टर 34 दियाँ दिखा रहे हैं, तो इस तो बाद होर वक्त वक्त थावान पर जावे तो देखा सिटी ब्यूटीफुल तो दब्बे जोड़े लग रहे हैं सुंदरता से जोड़े दब्बे लग रहे हैं सड़कों के गड्ढिया के उस तस्वीर दिखावे तो प्रशासन को जागरूक करा कि खड्डे पूरे जा सड़क जो दुरुस्त की आओ चलते हैं अगर, तो अज जिमें असी वक् वक् थावां ते चंडीगढ़ सिटी ब्यूटीफुल दे रोड्स का हाल दिखाया, जिहड़े मुरम्मत मंग रहीआं ने रीकापटिंग जिहड़ी कंक्रीट द्वारा पैंदी है उसकी जरूरत हैगी है, जिस कारण वड्डे दुर्घटनावां हो सकदियां ने क्योंकि बड़े खड्डे ने, टू व्हीलरस नूं बहुत डर बनिया रहिंदा है, फोर व्हीलरस वालिआं नूं भी मुश्किलात आउंदी है, तो असी तुहानूं अज अरोमा कोल दिखाया, इंडस्ट्रियल एरिया च दिखाया, सेंट्रा मॉल कोल दिखाया, होर भी वख-वख थावां ते सी गए, सैक्टर 34 च गए, हले कई थावां इहो जिहियां होणगीआं जिहड़ियां साडे नज़र तो ओले रहि गईआं ने, तो इतने हम तुम इंडस्ट्रीरिया फेस टू का भी हाल दिखा दें, जब जीरकपुर तो आते हैं तो इंडस्ट्रीरिया फेस टू में एंटर करते हैं, यह देख सकते हो रीकारपटिंग की कंक्रीट द्वारा पाने की बहुत ज़्यादा जरूरत है, जब ट्रैफिक इतने आता है टू व्हीलरस का बैलेंस जोड़ा है वो खराब होंगे जिस कारण दुर्घटना का भय जोड़ा है वह बनया रहा है, तो हूँ असी जिमें हाल दिखा रहे हैं सिटी ब्यूटीफुल सड़कों का, तो सवाल हुण वड्डे ये पैदा होंदे ने कि प्रशासन जिहड़ा नींद च सुत्ता पिया है उसदियां अखां कद खुलणगियां, सिटी ब्यूटीफुल कल्याण वाला चंडीगढ़ जिहदा एक अपना वक्खरा थां है चंडीगढ़ का एक वक्खरा रुतबा है उसनूं जिहड़ा ये दब्बा ला रहा है ब्यूटी नूं कितना कितें सड़कों का जिहड़ा हाल हैगा मुरम्मत मंग रही ने सड़कां ये कदों सुधरनगियां सड़कां ते कदों जिहड़े हैगे इत्थे जिहड़े अपने वाहन चलांदे आ उहनां नूं सहूलियत मिलेगी, उहनां दी जिहड़ी हैगी जान माल की सुरक्षा होवेगी, ये वड्डे सवाल पैदा होंदे ने कि कदों हुण प्रशासन अपनी नींद तो जागेगा। कैमरामैन राकेश के नाल अंकुश कोहली, लिविंग इंडिया न्यूज़।